ਬਲਕਾਰ ਜੀ ਜਿਹੜੇ ਰੇੜੀਆਂ ਲਾ ਫੜੀਆਂ ਲਾਉਂਦੇ ਆ ਸਬਜ਼ੀ ਮੰਡੀ ਦੇ ਵਿੱਚ, ਅੱਜ ਇਹਨਾਂ ਨੇ ਬੰਦ ਕਰਿਆ ਕੰਮ। ਇਹਨਾਂ ਦਾ ਕਹਿਣਾ ਵੀ ਅਸੀਂ ਦੇਖੋ ਪਰਚੀ ਦੇ ਰਹੇ ਹਾਂ, ਕਟਵਾਉਂਦੇ ਹਰ ਮਹੀਨੇ ਮੰਡੀ ਬੋਰਡ ਦੀ। ਹੁਣ ਸਾਡਾ ਕੋਈ ਪ੍ਰੋਜੈਕਟ ਮੰਡੀ ਬੋਰਡ ਲਾ ਰਿਹਾ ਇੱਥੇ, ਜਿਹਨੂੰ ਦੇ ਕੇ ਸਾਨੂੰ ਉਜਾੜਿਆ ਜਾ ਰਿਹਾ, ਅਤੇ ਇਸ ਨੂੰ ਮਸਲੇ ਨੂੰ ਆਪਾਂ ਬੇਨ ਕਰ ਰੁਜ਼ਗਾਰ ਵੀ ਨਾ ਖਰਾਬ ਹੋਵੇ ਔਰ ਮੰਡੀ ਬੋਰਡ ਦਾ ਪ੍ਰੋਜੈਕਟ ਵੀ ਲੱਗ ਜਾਵੇ, ਅਤੇ ਕੋਈ ਕੀ ਰਸਤਾ ਕੱਢਿਆ ਜਾ ਰਿਹਾ। ਮੈਂ ਦੇਖੋ ਜੀ, ਮੇਰੇ ਕੋਲ ਫੋਨ ਗਿਆ ਸੀਗਾ ਅਤੇ ਮੈਂ ਇਹਨਾਂ ਦਾ ਜਿਹੜਾ ਸਲਿਊਸ਼ਨ ਆ ਉਹ ਕੱਢਣ ਵਾਸਤੇ ਇੱਥੇ ਆਇਆ। ਪ੍ਰੋਜੈਕਟ ਤਾਂ ਦੇਖੋ ਲੋਕਾਂ ਲਈ ਲੱਗਿਆ, ਉਹ ਲੱਗਣਾ ਹੀ ਹੈ। ਸਰਕਾਰ ਨੂੰ ਜੇ ਰੈਵਨਿਊ ਆਊਗਾ ਚੱਲੂਗੀ ਮੰਡੀ ਆਪਣੀ, ਤਾਂ ਹੀ ਇਹਦਾ ਸੁਧਾਰ ਵੀ ਕਰਨਾ, ਸਾਫ਼ ਸਫਾਈ ਹੋਰ, ਇਹਦੀ ਜਿੰਨਾ ਵੀ ਮਤਲਬ ਇਹਦੇ ਉੱਪਰ ਖਰਚਾ ਆਉਂਦਾ ਮੰਡੀ ਦੇ ਉੱਪਰ ਉਹਨੂੰ ਇਕੱਠਾ ਕਰਨ ਵਾਸਤੇ ਹੀ ਉਹ ਪ੍ਰੋਜੈਕਟ ਜਿਹੜਾ ਕੰਡਾ ਲੱਗ ਰਿਹਾ। ਉਹ ਕੰਡੇ ਨਾਲ ਜਿੰਨੀ ਸਬਜ਼ੀ ਆਉਂਦੀ ਆ ਬਾਹਰੋਂ ਜਾਂ ਕੋਈ ਫਲ ਆਉਂਦਾ ਉਹ ਵੀ ਤੋਲਿਆ ਜਾਇਆ ਕਰੂ ਗੱਡੀ ਦੇ ਵਿੱਚ, ਕਿੰਨਾ ਇੱਥੇ ਲਿਆ ਵੇਟ, ਕਿੰਨਾ ਇੱਥੋਂ ਚਲਾ ਗਿਆ ਉਹਦਾ ਪਤਾ ਲੱਗਦਾ ਰਹਿੰਦਾ। ਦੂਸਰੀ ਗੱਲ, ਰੇਹੜੀਆਂ ਫੜੀਆਂ ਵਾਲਿਆਂ ਦਾ ਦੇਖੋ ਰੁਜ਼ਗਾਰ ਕੋਈ ਨਹੀਂ ਮਰਦਾ ਇਹਦੇ 'ਚ, ਅਸੀਂ ਬੈਠੇ ਹਾਂ ਚ ਮੰਤਰੀ ਸਾਹਿਬ ਦਾ ਹੁਕਮ ਹੈ, ਉਹਨਾਂ ਨੂੰ ਵੀ ਜਗ੍ਹਾ ਦੇਵਾਂਗੇ ਅਸੀਂ। ਅੱਜ ਦਾ ਨਹੀਂ, 6 ਮਹੀਨੇ ਦਾ ਇਹਨਾਂ ਦਾ ਅਸੀਂ ਜਿਹੜਾ ਹੈਗਾ ਉਹ ਕੰਮ ਅਸੀਂ ਸਟਾਰਟ ਕਰ ਰਹੇ ਹਾਂ, ਉਹ ਸਾਡਾ ਪਾਸ ਹੋਣ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਹੋ ਜਾਵੇ। ਇਹਨਾਂ ਨੂੰ ਅਲੱਗ ਤੋਂ ਜਗ੍ਹਾ ਦੇ ਕੇ, ਜਾਂ ਤਾਂ ਸਾਡੇ ਕੋਲ ਸੈੱਡ ਪਿਆ ਉਹਦੇ 'ਚ ਜਿੰਨਾ ਚਿਰ ਤਿਆਰ ਨਹੀਂ ਹੁੰਦਾ ਉਹਦੇ 'ਚ ਬੈਠਣ, ਜਿੱਦਾਂ ਅਸੀਂ ਇਹਨਾਂ ਨੂੰ ਮਿੱਟੀ ਪਾ ਕੇ ਲੋਕ ਟਾਇਰ ਲਾ ਕੇ ਇਹਨਾਂ ਨੂੰ ਜਗ੍ਹਾ ਦੇ ਦਾਂਗੇ ਪ੍ਰੋਪਰ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਇਹਨਾਂ ਨੂੰ ਕੋਈ ਅਸੀਂ ਰੁਜ਼ਗਾਰ ਖੋ ਰਹੇ ਹਾਂ ਇੱਥੇ ਜਾਂ ਸਰਕਾਰ ਖੋ ਰਹੀ ਆ, ਸਰਕਾਰ ਤਾਂ ਰੁਜ਼ਗਾਰ ਦੇ ਰਹੀ ਹੈ, ਵਧੀਆ ਇਹਨਾਂ ਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਬਣਾ ਕੇ ਦੇਵਾਂਗੇ। ਇਹ ਹੁਣ ਦਿੱਕਤ ਆਉਂਦੀ ਸੀ ਵੀ ਸੜਕ ਦੇ ਉੱਪਰ ਬੈਠੇ ਸੀਗੇ ਲੋਕ, ਬਹੁਤ ਤੰਗ ਸੀ, ਗੱਡੀ ਲੈ ਕੇ ਆਉਂਦਾ ਕੋਈ, ਮੋਟਰਸਾਈਕਲ ਲੈ ਕੇ ਆਉਂਦਾ ਸੀ ਕੋਈ, ਸਾਈਕਲ ਲੈ ਕੇ ਆਉਂਦਾ ਲੋਕ, ਹਰੇਕ ਕਹਿੰਦਾ ਸੀ ਵੀ ਜਿਹੜਾ ਮੰਡੀ ਦੀ ਸੜਕ ਦੇ ਉੱਪਰ ਹੈ ਇਹਨਾਂ ਨੂੰ ਰੇਹੜੀ ਫੜੀ ਵਾਲਿਆਂ ਨੂੰ ਥੋੜ੍ਹੀ ਜਿਹੀ ਜਗ੍ਹਾ ਦਿੱਤੀ ਜਾਵੇ। ਇਹ ਇਸ ਕਰਕੇ ਚਲੋ ਉਧਰਲੇ ਪਾਸੇ ਪ੍ਰੋਜੈਕਟ ਬੈਠਾਂਗੇ। ਨਹੀਂ ਸਰ, ਉਹ ਮੰਡੀ ਆ ਜਿਹੜੀ ਸਾਡੀ ਸਬਜ਼ ਮੰਡੀ ਆ ਉੱਥੋਂ ਕੋਈ ਜੀਰੀ ਵਾਸਤੇ ਫਸਲ ਵਾਸਤੇ ਨਹੀਂ, ਉਹ ਤਾਂ ਚਲੋ ਵਿਹਲੀ ਪਈ ਹੈ ਉੱਥੇ, ਕਿਸਾਨ ਉਦੋਂ ਸਿੱਟ ਲੈਂਦਾ। ਜੇ ਆਪਣੀਆਂ ਉੱਥੇ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ ਫਿਰ ਕਿਸਾਨ ਕਿਉਂ ਸਿੱਟੂਗਾ ਜਦੋਂ ਉੱਥੇ ਜਗ੍ਹਾ ਹੀ ਨਹੀਂ ਰਹੂਗੀ। ਸਮਾਣਾ ਦੀ ਸਬਜ਼ੀ ਮੰਡੀ ਦੇ ਵਿੱਚ ਜਿਹੜੇ ਫੜੀ ਲਾ ਕੇ ਆਪਣੀ ਸਬਜ਼ੀ ਵੇਚਦੇ ਸੀ ਦੁਕਾਨਦਾਰ ਨੇ, ਜਿਹੜੇ 40-50 ਕੇ ਜਿਨ੍ਹਾਂ ਦੀ ਗਿਣਤੀ ਹੈ ਤੁਸੀਂ ਦੇਖ ਰਹੇ ਹੋ, ਅੱਜ ਇਹਨਾਂ ਨੇ ਮੁਕੰਮਲ ਤੌਰ 'ਤੇ ਹੜਤਾਲ ਕੀਤੀ ਹੈ, ਕੰਮ ਨਹੀਂ ਕਰ ਰਹੇ, ਮੰਡੀ ਬੋਰਡ ਦੇ ਖਿਲਾਫ਼ ਇਹਨਾਂ ਨੇ ਧਰਨਾ ਦੇ ਰੱਖਿਆ। ਇਹਨਾਂ ਦਾ ਕਹਿਣਾ ਹੈ ਕਿ ਮੰਡੀ ਬੋਰਡ ਕੋਈ ਮੰਡੀ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਕੋਈ ਪ੍ਰੋਜੈਕਟ ਲਗਾਉਣ ਜਾ ਰਹੀ ਹੈ, ਉਸ ਨੂੰ ਲੈ ਕੇ ਪਤਾ ਨਹੀਂ ਕੰਡਾ ਲੱਗ ਰਿਹਾ ਕਿ ਹੋਰ ਕੋਈ ਚੀਜ਼ ਪ੍ਰੋਜੈਕਟ ਇਹਨਾਂ ਦੀ ਹੈ ਮੰਡੀ ਬੋਰਡ ਵੱਲੋਂ। ਇਨ ਦੁਕਾਨਦਾਰਾਂ ਦੀ ਮੰਗ ਹੈ ਕਿ ਸਾਨੂੰ ਇੱਥੇ ਹੀ ਇੱਕ ਸਾਈਡ ਮੇਂ ਥਾਂ ਦੇਈ ਜਾਵੇ ਤਾਂ ਕਿ ਸਾਡਾ ਬੱਚਿਆਂ ਦਾ ਰੁਜ਼ਗਾਰ ਵੀ ਚੱਲਦਾ, ਰੋਟੀ ਬੱਚੇ ਖਾ ਸਕਣ। ਗੱਲਬਾਤ ਵੀ ਕਰਦੇ ਹਾਂ ਲੋਕਾਂ ਨਾਲ ਵੀ ਕਿੰਨੇ ਸਾਲਾਂ ਦਾ ਤੁਸੀਂ ਇੱਥੇ ਸਬਜ਼ੀ ਵੇਚ ਰਹੇ ਹੋ ਮੰਡੀ ਦੇ ਵਿੱਚ, ਕੀ ਨਾਮ ਹੈ ਜੀ ਆਪ ਜੀ ਦਾ? ਜਗਦੀਸ਼ ਕੁਮਾਰ ਜੀ। ਜਗਦੀਸ਼ ਜੀ, ਤੁਸੀਂ ਕਿੰਨੇ ਸਾਲ ਦਾ ਸਬਜ਼ੀ ਮੰਡੀ ਚ? ਹੋ ਗਏ ਜੀ 12-15 ਸਾਲ ਹੋ ਗਏ, 15-18 ਹੋ ਗਏ। ਕਿੱਥੇ ਬੈਠਦੇ ਹੋ ਤੁਸੀਂ ਫੜੀ? ਜੀ ਹਾਂ। ਹੁਣ ਕੀ ਕਹਿ ਰਹੀ ਮਾਰਕੀਟ ਕਮੇਟੀ ਤੁਹਾਨੂੰ? ਦੇਖੋ ਜੀ, ਮਾਰਕੀਟ ਕਮੇਟੀ ਇਹ ਕਹਿੰਦੀ ਹੈ ਵੀ ਕੰਡਾ ਲੱਗਣਾ ਇਸ ਤਰ੍ਹਾਂ ਲੰਬਾਈ 'ਚ, ਠੀਕ ਹੈ ਜੀ, ਕੰਡਾ ਉੱਧਰ ਸਾਨੂੰ ਭੇਜ ਰਹੇ ਨੇ ਪਿਛਲੇ ਪਾਸੇ ਜੀ। ਜੇ ਅਸੀਂ ਪਿਛਲੇ ਪਾਸੇ ਜਾਂਦੇ ਹਾਂ ਜਨਾਬ ਜੀ, ਮੰਡੀ ਇੱਧਰ ਹੈ, ਅੱਗੇ ਦੁਕਾਨਾਂ ਨੇ, ਪਿੱਛੇ ਸਾਡੇ ਫੜ ਨੇ, ਪਿੱਛੋਂ ਸਮੈਕੀਏ ਜਾਂ ਹੋਰ ਪਹਿਲੇ ਵੀ ਅਸੀਂ ਲਾਏ ਨੇ, ਕੰਡੇ ਵੱਟੇ ਚੱਕੇ ਜਾਂਦੇ ਆ ਜਾਂ ਕਿਸੇ ਦਾ ਸਮਾਨ ਚੱਕਿਆ ਜਾਂਦਾ, ਕਿਉਂਕਿ ਅਸੀਂ ਸੌਦਾ ਲੈਣ ਆਉਂਦੇ ਇੱਧਰ, ਪਿੱਛੇ ਡੱਡਾ ਲਾ ਕੇ ਆਉਂਦੇ ਹਾਂ ਵੀ ਅੱਡਾ ਲਾ ਕੇ ਬਾਅਦ ਸਮਾਨ ਚੱਕ ਕੇ ਲਿਆ ਕੇ ਉੱਥੇ ਰੱਖਣਾ, ਪਿੱਛੋਂ ਸਾਡਾ ਸਮਾਨ ਚੋਰੀ ਹੁੰਦਾ। ਅਸੀਂ ਇਹ ਗੱਲ ਕਹਿੰਦੇ ਹਾਂ ਵੀ ਉਹ ਕੰਡਾ ਇਸ ਹਿਸਾਬ ਨਾਲ ਲਾ ਦੇਣ ਵੀ ਜਿਸ ਸਾਨੂੰ ਸਾਨੂੰ ਵੀ ਤਕਲੀਫ ਨਾਲ ਉਹਨਾਂ ਦਾ ਕੰਮ ਵੀ ਲੱਗ ਜਾਵੇ। ਜੇ ਉਹਨਾਂ ਦਾ ਸਰਦਾ ਤਾਂ ਉਹ ਕੰਡਾ ਬੰਦ ਪਿਆ 2-3 ਸਾਲ ਤੋਂ ਉਹਨੂੰ ਠੀਕ ਕਰਾਉਣ ਤਾਂ ਸਭ ਤੋਂ ਬਿਹਤਰ ਹੈ। ਜੇ ਨਹੀਂ ਕਰਾਉਂਦੇ ਕੋਈ ਗੱਲ ਨਹੀਂ, ਸਾਨੂੰ ਯਾਨੀ ਕਿ ਪਰੇਸ਼ਾਨੀ ਨਾ ਹੋਵੇ ਇੱਧਰੋਂ, ਮਾੜੀ ਉਸ ਟੇਡਾ ਫੇਡਾ ਕਰਕੇ ਜਿਵੇਂ ਮਰਜ਼ੀ ਚਲਾ ਦੇਣ। ਇਹਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਜਿਹੜਾ ਕੰਡਾ ਹੈ ਉਸ ਸਾਈਡ ਚੇਂਜ ਕੀਤੀ ਜਾ ਸਕੇ। ਕੀ ਨਾਮ ਤੁਹਾਡਾ? ਮੁਕੇਸ਼ ਕੁਮਾਰ ਜੀ। ਹਾਂ ਮੁਕੇਸ਼, ਕਿੰਨੇ ਟਾਈਮ ਤੁਸੀਂ ਇੱਥੇ ਫਸਲ ਦੀ ਵੇਚਦੇ? ਸਾਨੂੰ 15 ਸਾਲ ਹੋ ਗਏ ਜੀ। 15 ਸਾਲ? ਹਾਂਜੀ, ਸਾਨੂੰ ਇਹ ਪਰੇਸ਼ਾਨੀ ਕੁਛ ਨਹੀਂ ਆਈ, ਸਾਨੂੰ ਉਰੇ ਕੰਡਾ। ਤੁਹਾਨੂੰ ਕੋਈ ਲਿਖਤੀ ਆਰਡਰ ਆਏ ਦੀਏ ਕੀ ਕਹੇ? ਇਹ ਲਿਖਤੀ ਕੁਛ ਨਹੀਂ ਆਈ ਜੀ। ਕਿਹਨੇ ਕਿਹਾ ਤੁਹਾਨੂੰ ਇੱਥੇ? ਸੁਪਰਵਾਈਜ਼ਰ ਨੇ ਕਿਹਾ ਸਾਨੂੰ। ਇਹ ਜਿੱਥੇ ਅਸੀਂ ਬੈਠੇ ਹਾਂ ਅਸੀਂ ਉਰੇ ਖੁਸ਼ ਹਾਂ ਜੀ,
ਆਪਣੀ ਆਪਣੀ ਜਗ੍ਹਾ 'ਤੇ ਬੈਠੇ ਹਾਂ, ਬਸ ਸਾਈਡ 'ਤੇ ਕੰਡਾ ਬਣਾ ਜਾਵੇ, ਦਿੱਕਤ ਸਾਨੂੰ ਨਾ ਦਿੱਕਤ ਆਵੇ, ਉਹਨਾਂ ਨੂੰ ਦਿੱਕਤ ਨਾ ਆਵੇ ਜੀ। ਜਿੱਥੇ ਜੀ ਬੈਠੇ ਹਾਂ ਜੀ, ਖੁਸ਼ ਬੈਠੇ ਹਾਂ ਜੀ, ਭਾਵੇਂ ਗਾਂਧੀ ਪੰਜਾਬ ਪਰਿਵਾਰ ਹੈ ਜਿਹੜਾ ਕਿ ਇੱਥੇ ਸਬਜ਼ੀ ਵੇਚ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਾਂ, ਕੀ ਮੁਸ਼ਕਿਲ ਆ ਰਹੀ ਜੀ? ਮਤਲਬ ਇੱਥੇ ਕੰਡਾ ਲੱਗਦਾ? ਕੰਡਾ ਲੱਗਣ ਨਾਲ ਜੀ ਇੱਥੇ ਘੱਟੋ ਘੱਟ 50-60 ਪਰਿਵਾਰ ਜੀ ਭੁੱਖੇ ਮਰ ਜਾਣਗੇ, ਜਿਹੜੀ ਤਾਜ਼ੀ ਕਮਾ ਕੇ ਰੋਟੀ ਖਾ ਰਹੇ ਨੇ।